ਆ ਰਹੇ ਨੇ ਪੰਜਾਬੀ, ਜਾਣਗੇ ਪੰਜਾਬੀ, ਪੰਜਾਬ ਦੇ ਸ਼ੇਰ ਤਿਆਰ ਨੇ IPL ਦੇ ਵਿੱਚ ਪੂਰਾ ਕਮਾਲ ਕਰਨ ਲਈ। ਜੀ ਹਾਂ, IPL ਦੀ ਸ਼ੁਰੂਆਤ ਹੋਣ ਜਾ ਰਹੀ ਹੈ 22 ਮਾਰਚ ਤੋਂ, ਤੇ ਪੰਜਾਬ ਦੀ ਟੀਮ ਵੀ ਪੂਰੀ ਰੈਡੀ ਹੋ ਚੁੱਕੀ ਹੈ ਕਿਉਂਕਿ ਉਹਨਾਂ ਦੀ ਜਰਸੀ ਵੀ ਬਣ ਗਈ ਹੈ ਤੇ ਜਰਸੀ ਲਾਂਚ ਹੋ ਚੁੱਕੀ ਹੈ। ਜਰਸੀ ਦਾ ਇੰਤਜ਼ਾਰ ਸੀ ਤੇ ਉਸਨੂੰ ਲਾਂਚ ਕਰ ਦਿੱਤਾ ਹੈ ਪੰਜਾਬੀ ਸੁਪਰ ਸਟਾਰ, ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਨੇ। ਜੀ ਹਾਂ, ਚੰਡੀਗੜ੍ਹ ਦੇ ਵਿੱਚ ਇੱਕ ਸ਼ਾਨਦਾਰ ਇਵੈਂਟ ਹੋਇਆ ਜਿੱਥੇ ਕਿ ਕਿੰਗਜ਼ 11 ਪੰਜਾਬ ਦੀ ਜਰਸੀ ਨੂੰ ਲਾਂਚ ਕੀਤਾ ਗਿਆ ਤੇ ਇਸ ਲਾਂਚ ਨੂੰ ਕੀਤਾ ਨੰਦ ਅਦਰ ਦੈਨ ਗਿੱਪੀ ਗਰੇਵਾਲ ਨੇ। ਇਸ ਖਾਸ ਇਵੈਂਟ ਦੇ ਵਿੱਚ ਪ੍ਰੀਤੀ ਜ਼ਿੰਦਾ ਵੀ ਸ਼ਾਮਿਲ ਹੋਈ ਸੀ ਤੇ ਸਟੇਜ ਉੱਤੇ ਗੱਬੜ ਯਾਨੀ ਕਿ ਸ਼ਿਖਰ ਧਵਨ, ਪ੍ਰੀਤੀ ਜ਼ਿੰਦਾ ਤੇ ਗਿੱਪੀ ਗਰੇਵਾਲ ਨੇ ਖੂਬ ਕਮਾਲ ਕੀਤਾ। ਇਹ ਇਵੈਂਟ ਖਾਸਾ ਸ਼ਾਨਦਾਰ ਰਿਹਾ। ਗਿੱਪੀ ਗਰੇਵਾਲ ਨੇ ਪੰਜਾਬ ਦੀ ਜਰਸੀ ਨੂੰ ਲਾਂਚ ਕੀਤਾ ਤੇ ਆਪਣੇ ਗਾਣਿਆਂ ਦੇ ਨਾਲ ਦਰਸ਼ਕਾਂ ਨੂੰ ਐਂਟਰਟੇਨ ਕੀਤਾ। ਸੋ ਪੰਜਾਬ ਦੀ ਟੀਮ ਪੂਰੀ ਤਰ੍ਹਾਂ ਰੈਡੀ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਲ ਦੀ ਫਿਲਮ ਜੱਟ ਨੂੰ ਚੁੜੇਲ ਟੱਕਰੀ ਵੀ ਰਿਲੀਜ਼ ਹੋ ਚੁੱਕੀ ਹੈ, ਜਿਸ ਦੀ ਪ੍ਰਮੋਸ਼ਨ ਕਰਕੇ ਵੀ ਗਿੱਪੀ ਕਾਫੀ ਜ਼ਿਆਦਾ ਚਰਚਾ 'ਚ ਸੀ। ਪਰ ਹੁਣ ਕ੍ਰਿਕਟ ਦੇ ਮੈਦਾਨ ਦੇ ਵਿੱਚ ਵੀ ਗਿੱਪੀ ਗਰੇਵਾਲ ਨੇ ਆਪਣਾ ਕੰਟਰੀਬਿਊਸ਼ਨ ਦੇ ਦਿੱਤਾ ਹੈ, ਜਿੱਥੇ ਕਿ ਕਿੰਗਜ਼ 11 ਪੰਜਾਬ ਦੀ ਟੀਮ ਨੂੰ ਗਿੱਪੀ ਗਰੇਵਾਲ ਨੇ ਸਪੋਰਟ ਕਰਦੇ ਹੋਏ ਉਹਨਾਂ ਦੀ ਜਰਸੀ ਨੂੰ ਲਾਂਚ ਕੀਤਾ। 22 ਮਾਰਚ ਨੂੰ IPL ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਹੈ ਤੇ 23 ਮਾਰਚ ਨੂੰ ਕਿੰਗਜ਼ 11 ਪੰਜਾਬ ਆਪਣਾ ਪਹਿਲਾ ਮੈਚ ਦਿੱਲੀ ਦੇ ਖਿਲਾਫ਼ ਖੇਡੇਗੀ ਤੇ ਇਹ ਮੈਚ ਪੰਜਾਬ ਦੇ ਨਵੇਂ ਸਟੇਡੀਅਮ ਬੁੱਲਾਪੁਰ ਵਿਖੇ ਖੇਡਿਆ ਜਾਏਗਾ, ਜਿਸ ਦੇ ਲਈ ਫੈਨਸ ਵੀ ਬੇਹੱਦ ਐਕਸਾਈਟਿਡ ਨੇ। ਸੋ ਇੰਤਜ਼ਾਰ ਰਹੇਗਾ 23 ਮਾਰਚ ਦਾ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।